ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਜੋ ਕਿ ਅੱਜ 20 ਤਰੀਕ ਨੂੰ ਲੁਧਿਆਣੇ ਤੋਂ ਸੰਗਤਾਂ ਪਵਿੱਤਰ ਅਸਥਾਨ 400 ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਗੋਇੰਦਵਾਲ ਸਾਹਿਬ ਵਿਖੇ ਗੁਰਦੁਆਰਾ ਚਵਾਰਾ ਸਾਹਿਬ, ਜਿੱਥੇ ਬਾਬਾ ਮੋਹਨ ਜੀ ਤਪੱਸਿਆ ਕਰਿਆ ਕਰਦੇ ਸਨ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਤੋਂ ਇੱਥੇ ਆ ਕੇ ਪੋਥੀਆਂ ਲੈਣ ਵਾਸਤੇ ਬਾਬਾ ਮੋਹਨ ਜੀ ਪਾਸੋਂ ਕੀਰਤਨ ਕੀਤਾ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦੁਆਰ ਜੀਉ ਸੰਤ ਧਰਮਸ਼ਾਲਾ। ਇਹ ਉਹ ਅਸਥਾਨ ਹੈ ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਪ ਕੀਰਤਨ ਕਰਕੇ ਬਾਬਾ ਮੋਹਨ ਜੀ ਦੀ ਸਮਾਧੀ ਨੂੰ ਘਲਾਇਆ ਅਤੇ ਫਿਰ ਉਹਨਾਂ ਦੇ ਦਰਸ਼ਨ ਕੀਤੇ, ਤਾਂ ਉਹਨਾਂ ਦੇ ਪਾਸ ਜੋ ਪੋਥੀਆਂ ਸੀ ਉਹ ਪੋਥੀਆਂ ਪੋਥੀ ਪਰਮੇਸ਼ਰ ਕਾ ਥਾਨ, ਉਹ ਇਸ ਸਥਾਨ ਤੋਂ ਪਾਲਕੀ ਸਾਹਿਬ ਦੇ ਜੋ ਕਿ ਆਪਾਂ ਦਰਸ਼ਨ ਕਰਾਂਗੇ ਉਸ ਪਾਲਕੀ ਦੇ ਵਿੱਚ ਰੱਖ ਕੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਵਰਗੇ ਹੋਰ ਗੁਰਮੁਖ ਪਿਆਰੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੰਗੇ ਪੈਰੀਂ ਉਸ ਪਾਲਕੀ ਦੇ ਪੋਥੀਆਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਗਏ। ਸਤਿਸੰਗ ਜੀ, ਉਹ ਸਥਾਨ ਹੈ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਰਹਿਸ ਕਰਿਆ ਕਰਦੇ ਸਨ। ਇਸ ਸਥਾਨ 'ਤੇ ਸਤਿਸੰਗ ਜੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾਗੱਦੀ ਦੀ ਬਖਸ਼ਿਸ਼ ਕੀਤੀ। ਇਸੇ ਸਥਾਨ 'ਤੇ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ, ਉਸਦੇ ਵੀ ਦਰਸ਼ਨ ਕਰਾਂਗੇ। ਹੋਰ ਵੀ ਜੋ ਕਿਲੀ ਹੈ ਸਤਿਸੰਗ ਜੀ, ਜਿਸ ਕਿਲੇ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਤਪ ਕਰਿਆ ਕਰਦੇ ਸਨ, ਉਹ ਕਿਲੇ ਦੇ ਦਰਸ਼ਨ ਕਰਾਂਗੇ। ਇਸ ਸਥਾਨ ਤੋਂ ਸਤਿਗੁਰਾਂ ਨੇ 22 ਮੰਜੀਆਂ ਦੀ ਬਖਸ਼ਿਸ਼ ਕੀਤੀ ਪ੍ਰਚਾਰ ਦੇ ਲਈ, ਗੁਰਬਾਣੀ ਦੇ ਲਈ। ਉਹ ਮੰਜੀਆਂ ਦੀ ਬਖਸ਼ਿਸ਼ ਵੀ ਇੱਥੇ ਹੀ ਕੀਤੀ ਗਈ। ਸਤਿਸੰਗਤ ਜੀ, ਇਹ ਸਥਾਨ ਉਹ ਪਵਿੱਤਰ ਸਥਾਨ ਹੈ ਸਤਿਸੰਗਤ ਜੀ, ਜਿੱਥੇ ਭਾਈ ਗੁਰਦਾਸ ਜੀ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਰੀਰ ਦਾ ਪਰਿਤਿਆਗ ਕੀਤਾ ਸਤਿਸੰਗਤ ਜੀ ਉਸ ਸਥਾਨ ਦੇ ਉੱਤੇ। ਸੋ ਇਹ ਬਹੁਤ ਹੀ ਭਾਗਾਂ ਵਾਲਾ ਸਥਾਨ ਹੈ। ਸੋ ਆਪਾਂ ਸਾਰੀਆਂ ਸੰਗਤਾਂ ਦਰਸ਼ਨ ਕਰ ਰਹੀਆਂ, ਸੋ ਸਾਰੀਆਂ ਸੰਗਤਾਂ ਦਾ ਧੰਨਵਾਦ। ਗੁਲਾਬ ਫਤਿਹ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤੁਸੀਂ ਅਸਥਾਨ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਗੁਰਦੁਆਰਾ ਸ਼੍ਰੀ ਚੁਬਾਰਾ ਸਾਹਿਬ ਪਾਤਸ਼ਾਹੀ ਤੀਜੀ ਗੁਰੂ ਅਮਰਦਾਸ ਜੀ ਮਹਾਰਾਜ, ਜਿਸ ਅਸਥਾਨ ਦਾ ਜ਼ਿਕਰ ਇਤਿਹਾਸ ਦੇ ਵਿੱਚ ਆਉਂਦਾ ਕਿ ਮੋਹਨ ਤੇਰੇ ਉੱਚੇ ਮੰਦਰ ਮਹਿਲ ਪਾਰਾ, ਇਹ ਉਹ ਸਥਾਨ ਆ ਜੀ।
ਕੁਆਲੀਫਾਈ ਕਰਨ ਦਾ ਘਰ ਵੱਲ ਪਾਤਾ ਲੋ ਕਿਆ